ਅੱਗ ਲੱਗਣ ਦੇ ਖਤਰੇ ਦੀਆਂ ਰੇਟਿੰਗਾਂ ਤੁਹਾਨੂੰ ਦੱਸਦੀਆਂ ਹਨ ਕਿ ਜੇਕਰ ਅੱਗ ਲੱਗ ਜਾਂਦੀ ਹੈ ਤਾਂ ਇਹ ਕਿੰਨੀ ਖਤਰਨਾਕ ਹੋ ਸਕਦੀ ਹੈ। ਇਹ ਤੁਹਾਡੇ ਲਈ ਮਹੱਤਵਪੂਰਨ ਹੈ ਕਿਉਂਕਿ ਰੇਟਿੰਗ ਜਿੰਨੀ ਉੱਚੀ ਹੋਵੇਗੀ ਹਾਲਾਤ ਉਨੇ ਹੀ ਖਤਰਨਾਕ ਹੋਣਗੇ। ਇਹ ਰੇਟਿੰਗ ਤੁਹਾਡੇ ਲਈ ਤੁਰੰਤ ਕਾਰਵਾਈ ਕਰਨ ਦੀ ਪ੍ਰੇਰਕ ਹੋਣੀ ਚਾਹੀਦੀ ਹੈ। ਵਿਕਟੋਰੀਆ ਵਿੱਚ ਅੱਗ ਲੱਗਣ ਦੇ ਮੌਸਮ ਵਾਲੇ 9 ਜ਼ਿਲ੍ਹੇ ਹਨ ਅਤੇ ਅੱਗ ਲੱਗਣ ਦੇ ਖਤਰੇ ਦੀ ਰੇਟਿੰਗ ਦੀ ਹਰ ਜ਼ਿਲ੍ਹੇ ਲਈ ਰੋਜ਼ਾਨਾ ਆਉਣ ਵਾਲੇ 4 ਦਿਨਾਂ ਤੱਕ ਲਈ ਭਵਿੱਖਬਾਣੀ ਕੀਤੀ ਜਾਂਦੀ ਹੈ। ਅੱਗ ਲੱਗਣ ਦੇ ਖਤਰੇ ਦੀਆਂ ਰੇਟਿੰਗਾਂ ਮੋਡਰੇਟ ਪੱਧਰ ਤੋਂ ਸ਼ੁਰੂ ਹੁੰਦੀਆਂ ਹਨ। ਇਹਨਾਂ ਸਥਿਤੀਆਂ ਵਿੱਚ ਜ਼ਿਆਦਾਤਰ ਅੱਗਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਇਸ ਤੋਂ ਅਗਲਾ ਪੱਧਰ ਹਾਈ ਹੈ। ਇਹਨਾਂ ਹਾਲਤਾਂ ਵਿੱਚ ਅੱਗ ਖਤਰਨਾਕ ਹੋ ਸਕਦੀ ਹੈ। ਕਾਰਵਾਈ ਕਰਨ ਲਈ ਤਿਆਰ ਰਹੋ। ਇਸ ਲਈ ਸਭ ਤੋਂ ਸੁਰੱਖਿਅਤ ਢੰਗ ਬੁਸ਼ ਫਾਇਰ ਦੇ ਜੋਖਿਮ ਵਾਲੇ ਖੇਤਰਾਂ ਤੋਂ ਬਚਣਾ ਹੈ। ਐਕਸਟ੍ਰੀਮ ਰੇਟਿੰਗ ਦਾ ਮਤਲਬ ਹੈ ਕਿ ਅੱਗ ਤੇਜ਼ੀ ਨਾਲ ਫੈਲੇਗੀ ਅਤੇ ਬਹੁਤ ਖਤਰਨਾਕ ਹੋਵੇਗੀ। ਆਪਣੀ ਜਾਨ ਅਤੇ ਮਾਲ ਦੀ ਸੁਰੱਖਿਆ ਲਈ ਕਾਰਵਾਈ ਕਰੋ। ਬੁਸ਼ ਫਾਇਰ ਲੱਗਣ ਦੇ ਜੋਖਿਮ ਵਾਲੇ ਖੇਤਰਾਂ ਵਿੱਚ ਯਾਤਰਾ ਕਰਨ ਬਾਰੇ ਮੁੜ ਵਿਚਾਰ ਕਰੋ। ਕੈਟਾਸਟ੍ਰੋਫਿਕ ਰੇਟਿੰਗ ਦਾ ਮਤਲਬ ਹੈ ਕਿ ਜੇਕਰ ਅੱਗ ਲੱਗ ਜਾਂਦੀ ਹੈ ਅਤੇ ਪੈਰ ਜਮਾ ਲੈਂਦੀ ਹੈ ਤਾਂ ਜਾਨਾ ਜਾਣ ਦੀ ਸੰਭਾਵਨਾ ਹੈ। ਤੁਹਾਨੂੰ ਇਹਨਾਂ ਦਿਨਾਂ ਵਿੱਚ ਬੁਸ਼ ਫਾਇਰ ਦੇ ਜੋਖਿਮ ਵਾਲੇ ਖੇਤਰਾਂ ਨੂੰ ਛੱਡ ਕੇ ਚਲੇ ਜਾਣਾ ਚਾਹੀਦਾ ਹੈ। ਇਹਨਾਂ ਹਾਲਤਾਂ ਵਿੱਚ ਘਰ ਅੱਗ ਦਾ ਸਾਹਮਣਾ ਨਹੀਂ ਕਰ ਸਕਦੇ ਹਨ। ਸਵੇਰੇ ਜਾਂ ਇੱਕ ਰਾਤ ਪਹਿਲਾਂ ਕਿਸੇ ਸੁਰੱਖਿਅਤ ਸਥਾਨ ਤੇ ਜਾ ਕੇ ਸੁਰੱਖਿਅਤ ਰਹੋ। ਆਪਣੇ ਅੱਗ ਲੱਗਣ ਦੇ ਮੌਸਮ ਵਾਲੇ ਜ਼ਿਲ੍ਹੇ ਨੂੰ ਜਾਣੋ। ਜੇਕਰ ਤੁਸੀਂ ਬੁਸ਼ ਫਾਇਰ ਦੇ ਜੋਖਿਮ ਵਾਲੇ ਖੇਤਰ ਵਿੱਚ ਰਹਿੰਦੇ, ਕੰਮ ਕਰਦੇ ਜਾਂ ਯਾਤਰਾ ਕਰਦੇ ਹੋ ਤਾਂ ਹਰ ਰੋਜ਼ ਅੱਗ ਦੇ ਖੇਤਰ ਦੀ ਰੇਟਿੰਗ ਦੀ ਜਾਂਚ ਕਰਨ ਨੂੰ ਆਪਣੀ ਆਦਤ ਬਣਾਓ। ਕੋਈ ਵੀ ਅੱਗ ਸ਼ੁਰੂ ਹੋਣ ਤੋਂ ਪਹਿਲਾਂ ਜਲਦੀ ਛੱਡ ਕੇ ਚਲੇ ਜਾਣਾ ਹਮੇਸ਼ਾ ਤੁਹਾਡਾ ਸਭ ਤੋਂ ਸੁਰੱਖਿਅਤ ਵਿਕਲਪ ਹੁੰਦਾ ਹੈ। ਯਾਦ ਰੱਖੋ, ਚੇਤਾਵਨੀਆਂ ਤੇ ਨਜ਼ਰ ਰੱਖੋ ਅਤੇ ਸੂਚਿਤ ਰਹੋ।